5 चैनल ਦੇ ਸਾਡੇ ਸਾਰੇ ਸਮੂਹ ਦਰਸ਼ਕਾਂ ਦਾ ਨਿੱਘਾ ਸਵਾਗਤ। ਸਾਡੀ ਬੁਲੇਟ ਟੂ ਬੁਲੇਟ ਟੀਮ ਆਪਣੀਆਂ ਹੁਣ ਤੱਕ ਦੀਆਂ ਤਾਜ਼ਾ ਖਬਰਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋ ਚੁੱਕੀ ਹੈ। ਸਰਦਾਰ ਤਿੰਦਰਪਾਲ ਸਿੰਘ ਜੀ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹੋਏ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵੱਲ ਵੱਧਦੇ ਹਾਂ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਅੱਜ ਕੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਕਮੇਟੀ ਮੈਂਬਰ ਭਾਈ ਮਲਕੀਤ ਸਿੰਘ ਪੰਜਾਬ ਦੇ ਕੁਝ ਚੋਣਵੇਂ ਜਿਹਨਾਂ ਵਿਦਵਾਨਾਂ ਨੂੰ ਲੈ ਕੇ ਤੇ ਉਹ ਮਿਲੇ ਆ ਜੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਹੋਣਾਂ ਨੂੰ। ਉੱਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੀਆਂ ਜੋ ਕਮੀਆਂ ਪੇਸ਼ੀਆਂ ਨੇ ਉਹਦੀ ਜ਼ਿਕਰ ਕੀਤਾ। ਕਮੀਆਂ ਪੇਸ਼ੀਆਂ ਦੇ ਸੰਬੰਧ 'ਚ ਜਿਹੜੇ ਉਹਨਾਂ ਸਵਾਲ ਕੀਤੇ ਨੇ ਉਹਨਾਂ ਵੱਲ ਤੇ ਅਸੀਂ ਬਾਅਦ 'ਚ ਜਾਵਾਂਗੇ। ਪਹਿਲਾਂ ਤੁਹਾਡੇ ਨਾਲ ਇਹ ਚਰਚਾ ਕਰਨੀ ਚਾਹੁੰਦੇ ਹਾਂ, ਤੁਹਾਡੇ ਵਿਚਾਰ ਜਾਣਨੇ ਚਾਹੁੰਦੇ ਹਾਂ ਕਿ ਇਹ ਅਜਿਹਾ ਕੰਮ ਕਰਨਾ ਆਪ ਹੁਦਰਿਆ ਤੌਰ 'ਤੇ ਸਰਕਾਰ ਨੂੰ ਪੰਥਕ ਕਾਰਜਾਂ ਵਿੱਚ ਦਖਲ ਦੇਣ ਦਾ ਇੱਕ ਸੱਦਾ ਤਾਂ ਨਹੀਂ? ਸਰਦਾਰ ਪ੍ਰਦੀਪ ਸਿੰਘ ਜੀ, ਬੜੀ ਸਹੀ ਗੱਲ ਤੁਸੀਂ ਕਹੀ ਹੈ, ਆਪ ਹੀ ਤੁਸੀਂ ਕਹਿ ਦਿੱਤੀ ਹੈ ਤੇ ਮੈਂ ਇਸ 'ਤੇ ਪੁਸ਼ਟੀ ਕਰਦਾ। ਜਿਹੜੇ ਕੰਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੋਵਰਨਿਟੀ ਹੈਗੀ ਹੈ ਐਕਟ ਦੇ ਅਧੀਨ, ਜਿਹੜੀ ਉਹਨੂੰ ਸੁਤੰਤਰਤਾ ਮਿਲੀ ਹੋਈ ਹੈ, ਉਸ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਕਿ ਇਹ ਲੋਕ ਕੁਛ ਸਿੱਖ ਲਿਬਾਸ ਵਿੱਚ ਭਾਜਪਾ ਅਤੇ RSS ਨੂੰ ਸੱਦਾ ਪੱਤਰ ਦੇਣ ਚਲੇ ਗਏ ਨੇ ਕਿ ਤੁਸੀਂ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲ ਦਿਓ। ਹੁਣ ਦਿੱਕਤ ਸਭ ਤੋਂ ਵੱਡੀ ਇਹ ਹੈਗੀ ਹੈ ਕਿ ਜਿੱਥੇ RSS ਔਰ ਭਾਜਪਾ ਖੁਦ ਬਾਦਲ ਕਿਆਂ ਰਾਹੀਂ ਸਿੱਧਾ ਦਖਲ ਦਿੰਦੀ ਰਹਿੰਦੀ ਹੈ, ਉੱਥੇ ਹੁਣ ਦੂਜੀ ਧਿਰ ਵੀ ਪੰਥਕ ਅਖਵਾਉਣ ਵਾਲੀ ਆਪਣੇ ਤੌਰ 'ਤੇ ਹੀ ਉਹਨਾਂ ਕੋਲ ਚਲੀ ਗਈ ਕਿ ਬਈ ਹੁਣ ਬਾਦਲਾਂ ਨੂੰ ਛੱਡੋ, ਅਸੀਂ ਵੀ ਤੁਹਾਨੂੰ ਸੱਦਾ ਦੇ ਦਿੰਦੇ ਹਾਂ, ਤੁਸੀਂ ਸਾਨੂੰ ਅਪਣਾ ਲਓ। ਇਸ ਐਂਗਲ ਤੋਂ ਹੀ ਲਈ ਜਾਣੀ ਚਾਹੀਦੀ ਹੈ ਗੱਲ, ਅਤੇ ਇਸ ਦੀ ਘੋਰ ਨਿਖੇਧੀ ਹੋਣੀ ਚਾਹੀਦੀ ਹੈ ਕਿ ਜਿਹੜਾ ਆਪ ਹੀ RSS ਨੂੰ ਅਤੇ ਭਾਜਪਾ ਨੂੰ ਅਤੇ ਸਰਕਾਰੀ ਧਿਰ ਨੂੰ ਸੱਦਾ ਦੇਣ ਚਲੇ ਗਏ ਕਿ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਪਲਿਆਂ ਦੀ ਸਰਕਾਰੀ ਜਾਂਚ ਕਰਾਓ, ਜਾਂ ਉੱਚ ਅਧਿਕਾਰੀਆਂ ਤੋਂ ਜਾਂ CBI ਤੋਂ CBI ਤੋਂ ਕਿਸੇ ਤੋਂ ਵੀ ਕਰਾ ਲਓ, ਇਹੋ ਜਿਹੀਆਂ ਗੱਲਾਂ ਕਰਨੀਆਂ ਸਿੱਖਾਂ ਦੇ ਧਰਮ ਵਿੱਚ ਸਿੱਧੀ ਸਰਕਾਰ ਦੀ ਦਖਲ ਅੰਦਾਜ਼ੀ ਨੂੰ ਸੱਦਾ ਪੱਤਰ ਦੇਣਾ ਮੰਨਿਆ ਜਾਏਗਾ ਅਤੇ ਮੰਨਿਆ ਜਾਂਦਾ ਵੀ ਹੈ। ਸਿੱਖ ਪਹਿਲਾਂ ਦੁਖੀ ਨੇ, ਜਿਹੜਾ ਸਿੱਖ ਕਹਿ ਰਹੇ ਨੇ ਕਿ ਬਈ ਬਾਦਲ ਕਿਆਂ ਨੂੰ ਪਾਸੇ ਕਰੀਏ, ਉਹ ਇਸੇ ਗੱਲ ਤੋਂ ਦੁਖੀ ਨੇ ਕਿ ਬਾਦਲ ਕਿਆਂ ਰਾਹੀਂ RSS ਦਾ ਦਖਲ ਹੋ ਗਿਆ ਸਿੱਖ ਧਰਮ ਵਿੱਚ, ਅਤੇ ਹੁਣ ਜੇ ਸਿੱਖਾਂ ਦੀ ਦੂਜੀ ਪੰਥਕ ਧਿਰ ਲੈ ਲਈਏ, ਉਹ ਆਪ ਹੀ RSS ਨੂੰ ਸੱਦਾ ਦੇਣ ਚਲੀ ਗਈ ਹੈ, ਅਤੇ ਫਿਰ ਬਾਦਲ ਕਿਆਂ ਇਸ਼ਤਿਹਾਰਾਂ 'ਚ ਕੀ ਫਰਕ ਰਿਹਾ ਤਾਂ ਦੋਨੋਂ ਹੀ RSS ਦੇ ਝੋਲੀ 'ਚ, ਅਤੇ ਮਿਸਟਰ ਲਾਲਪੁਰਾ ਜੀ ਨੂੰ ਜਾ ਕੇ ਮਿਲਣਾ ਆਪਣੇ ਆਪ ਵਿੱਚ ਵੀ ਬੜੀ ਵੱਡੀ ਨਿਖੇਧੀ ਵਾਲੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਮਿਸਟਰ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਚਾਹੇ ਹੋਣ, ਪਰ ਉਹ ਧਰਮ 'ਚ ਦਖਲ ਨਹੀਂ ਦੇ ਸਕਦੇ, ਨਾ ਹੀ ਧਾਰਮਿਕ ਮਾਮਲੇ 'ਚ ਉਹ ਦਖਲ ਦੇ ਸਕਦੇ ਨੇ। ਉਹਨਾਂ ਨੂੰ ਅਜਿਹੇ ਮਾਮਲਿਆਂ ਵਾਸਤੇ ਆਪਣੇ ਤੌਰ 'ਤੇ ਹੀ ਇਸ ਵਫਦ ਨੂੰ ਮਿਲਣ ਤੋਂ ਨਾ ਕਰ ਦੇਣੀ ਚਾਹੀਦੀ ਸੀ, ਜੇ ਉਹਨਾਂ 'ਚ ਵੀ ਧਰਮ ਪ੍ਰਤੀ ਵਫ਼ਾਦਾਰੀ ਹੁੰਦੀ ਜਾਂ ਮਾੜੀ ਮੋਟੀ ਵੀ ਕਾਨੂੰਨ ਦੀ ਅਤੇ SGPC ਐਕਟ ਦੀ ਸਮਝ ਹੁੰਦੀ। ਉਹ ਵੀ ਆਪਣਾ ਕੱਦ ਉੱਚਾ ਕਰਨਾ ਚਾਹੁੰਦੇ ਨੇ, ਉਹ ਵੀ ਚਾਹੁੰਦੇ ਨੇ ਕਿ ਬਈ ਦੇਖੋ ਸਿੱਖਾਂ ਦੇ ਮਾਮਲੇ 'ਚ ਅਸੀਂ ਸਰਕਾਰੀ ਦਖਲ, ਸਿੱਖ ਖੁਦ ਕਹਿ ਰਹੇ ਨੇ ਦਿਓ, ਅਤੇ ਇਸ ਆਧਾਰ 'ਤੇ ਉਹ ਆਪਣਾ ਕੱਦ ਕੁੱਦ ਉੱਚਾ ਕਰਨਾ ਚਾਹੁੰਦੇ ਹੋਣਗੇ। ਪਰ ਆਹ ਸਾਰੀਆਂ ਚੀਜ਼ਾਂ ਨਿਖੇਧੀ ਵਾਲੀਆਂ ਨੇ, ਇਹਨਾਂ ਨੂੰ ਵੱਧ ਤੋਂ ਵੱਧ ਨਿਖੇਧਿਆ ਜਾਣਾ ਚਾਹੀਦਾ। ਕੱਲਾ ਨਿਖੇਧੀ ਵਾਲੀ ਗੱਲ ਤਾਂ ਹੁਣ ਜੀ ਕਿੰਨੀ ਕਿੰਨੀ ਨਿਖੇਧੀ ਕਰਨੀ ਆ, ਉਹ ਨਿਖੇਧੀਆਂ ਦਾ ਵੀ ਭੰਡਾਂ ਵੱਧ ਗਈਆਂ ਨੇ। ਆਪਾਂ ਇੱਥੇ ਇਸ ਨੁਕਤੇ 'ਤੇ ਇੱਕ ਗੱਲ ਹੋਰ ਕਰ ਲੈਂਦੇ ਹਾਂ ਕਿ ਮੈਂ ਜਿੰਨੀ ਕੁ ਇਹਦੀ ਖਬਰ ਪੜ੍ਹੀ ਆ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਆਇਆ ਕਿ ਇਹਨਾਂ ਨੇ ਲਾਲਪੁਰਾ ਜੀ ਨੂੰ ਇਹ ਗੱਲ ਕਹੀ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਖਤਮ ਹੋ ਗਈ ਆ ਅਤੇ ਇਹਦੀ ਤੁਸੀਂ ਇਲੈਕਸ਼ਨਾਂ ਕਰਾਉਣ ਲਈ ਜ਼ੋਰ ਪਾਓ ਸਰਕਾਰ ਦੇ ਉੱਤੇ, ਕਿਉਂਕਿ ਉਹ ਘੱਟ ਗਿਣਤੀ ਕਮਿਸ਼ਨ ਦੇ ਨੇ ਚੇਅਰਮੈਨ। ਇਹ ਗੱਲ ਤਾਂ ਉਹਨਾਂ ਨੇ ਕਹੀ ਨਹੀਂ। ਦੂਸਰੀ ਗੱਲ ਜੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਮਤੇ ਪਾਸ ਕਰਦੀ ਹੈ ਕਿ ਮਾਨ ਸਰਕਾਰ ਜਿਹੜੀ ਆ ਉਹ ਦਖਲ ਦੇ ਰਹੀ ਆ ਸਿੱਖਾਂ ਦੇ ਧਾਰਮਿਕ ਮਾਮਲਿਆਂ,
ਤੇ ਜਦੋਂ ਆਪ ਹੀ ਚਲੇ ਜਾਂਦੇ ਨੇ, ਇਹ ਕੁਛ ਸਮਝ ਨਹੀਂ ਆਉਂਦੀ ਕਿ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਰ ਕੀ ਰਹੇ ਨੇ। ਨਹੀਂ ਜੀ, ਸਭ ਨੂੰ ਸਾਰਾ ਕੁਛ ਪਤਾ, ਸਭ ਧਰਮ ਦੇ ਨਾਂ ਤੇ ਆਪੋ ਆਪਣੀ ਸਿਆਸੀ ਰੋਟੀਆਂ ਸੇਕਦੇ ਪਏ ਨੇ ਤੇ ਧਰਮ ਦਾ ਸ਼ੋਸ਼ਣ ਕਰਕੇ, ਧਰਮ ਨੂੰ ਵੇਚ ਕੇ, ਧਰਮ ਦੀ ਬਦਨਾਮੀ ਕਰਾ ਕੇ, ਧਰਮ ਦੀ ਬੇਇੱਜ਼ਤੀ ਕਰਕੇ ਆਪਣੀ ਆਪਣੀ ਸਿਆਸੀ ਸੱਤਾ ਹਥਿਆਉਣਾ ਚਾਹੁੰਦੇ ਨੇ, ਜਿਹੜੀ ਵੀ ਮਿਲ ਜਾਏ। ਉਹ ਚਾਹੇ ਲਾਲਪੁਰਾ ਹੋਏ ਤੇ ਚਾਹੇ ਮਲਕੀਤ ਸਿੰਘ ਹੋਣ ਤੇ ਚਾਹੇ ਇਹਨਾਂ ਨਾਲ ਗਏ ਹੋਏ ਬਾਕੀ ਮੈਂਬਰ ਤੇ ਹੋਰ ਲੋਕ ਹੋਣ, ਸਾਰਿਆਂ ਦਾ ਟਾਰਗੇਟ ਨਿੱਜ ਪੱਖੀ ਹੈ ਤੇ ਇਸ ਨਿੱਜ ਪੱਖੀ ਟਾਰਗੇਟ ਵਿੱਚ ਗੁਰੂ ਨੂੰ ਢਾਹ ਮਾਰੀ ਗਈ ਹੈ। ਮੈਨੂੰ ਇਹ ਮੇਰੇ ਸ਼ਬਦ ਨੇ ਜਿਹੜੇ ਮੈਂ ਕਹਿਣ ਲੱਗਾ, ਇਹ ਭਾਈ ਰਣਜੀਤ ਸਿੰਘ ਜੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸਨ, ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਹਰ ਲੱਲੀ ਛੱਲੀ ਵਿਦਵਾਨ ਬਣਿਆ ਫਿਰਦਾ। ਸ਼ਾਇਦ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਉਦੋਂ ਤਰਕ ਸੀ, ਜਾਂ ਉਹਦੇ ਉਸ ਤਰਕ ਦਾ ਪ੍ਰਭਾਵ ਕਿੱਥੇ ਕੁ ਤੱਕ ਜਾ ਰਿਹਾ ਇਹ ਤੇ ਵਿਦਵਾਨ ਹੀ ਜਾਣਦੇ ਹੋਣਗੇ। ਆਪਾਂ ਸਤਿੰਦਰਪਾਲ ਸਿੰਘ ਜੀ ਕਿ ਜਿਹੜੇ ਸਵਾਲ ਉਹਨਾਂ ਨੇ ਉਠਾਏ ਨੇ ਉਹਨਾਂ ਦਾ ਜ਼ਿਕਰ ਮੈਂ ਤੁਹਾਡੇ ਅੱਗੇ ਕਰਨਾ ਚਾਹੁੰਦਾ ਕਿ ਕੀ ਉਹ ਪੰਥ ਆਪਣੇ ਪੱਧਰ ਤੇ ਬੈਠ ਕੇ ਮਸਲੇ ਹੱਲ ਨਹੀਂ ਕਰ ਸਕਦਾ ਸੀ। ਮੈਂ ਜਿਹੜੀ ਪਹਿਲਾ ਸਵਾਲ ਉਹਨਾਂ ਦਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾ ਕੋਈ 70 ਲੱਖ ਦੀ ਕੋਠੀ ਸੀਗੀ, ਉਹ 2,70,00,000 ਚ ਖਰੀਦੀ ਗਈ। ਮਤਲਬ ਕਹਿਣ ਦਾ ਮਤਲਬ 2 ਕਰੋੜ ਦਾ ਘਪਲਾ ਹੋਇਆ। ਕਿ ਇਹ ਆਪਸ ਚ ਬੈਠ ਕੇ ਇਹਦਾ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ ਕਿ ਲਾਲਪੁਰਾ ਜੀ ਨਹੀਂ ਕੱਢਣਾ? ਲਾਲਪੁਰਾ ਜੋਗਾ ਤਾਂ ਇਹਦੇ ਚ ਕੁਛ ਹੈ ਹੀ ਨਹੀਂ ਜੀ, ਨਾ ਭਾਰਤ ਸਰਕਾਰ ਜੋਗਾ ਕੁਛ ਹੈਗਾ, ਕਿਉਂਕਿ ਇਹ ਕੇਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਸੰਬੰਧਿਤ ਹੈ। ਉੱਥੇ 9 ਲੱਖ ਦੀ ਕੋਠੀ ਖਰੀਦੀ ਗਈ ਸੀ, ਜਿਹੜੀ ਮਾਰਕੀਟ ਵੈਲਿਊ 70 ਲੱਖ ਸੀ, ਉਹ ਮਾਲਕ ਨੂੰ ਵੀ 70 ਲੱਖ ਦਿੱਤਾ ਗਿਆ, ਪਰ 2 ਕਰੋੜ ਰੁਪਇਆ ਖੁਰਦ ਬੁਰਦ ਕੀਤਾ ਗਿਆ। ਇਸ ਸੰਬੰਧ ਵਿੱਚ ਜਿਹੜੇ ਬਲਦੇਵ ਸਿੰਘ ਸਰਸਾ ਜੀ ਨੇ ਅਤੇ ਉਹਨਾਂ ਦਾ ਜਿਹੜਾ ਸੋਸ਼ਲ ਫਰੰਟ ਹੈ ਮੋਹਾਲੀ ਦੇ ਸੱਜਣ ਨੇ ਨਾਲ ਉਹਨਾਂ ਦੇ, ਉਹਨਾਂ ਨੇ ਇਹ ਕੇਸ ਲੜਿਆ ਹਾਈਕੋਰਟ ਤੱਕ। ਉਹ ਹਾਈਕੋਰਟ ਵਿੱਚੋਂ ਇਹ ਕੇਸ ਜਿੱਤ ਚੁੱਕੇ ਨੇ, ਹਾਈਕੋਰਟ ਨੇ ਬਾਕਾਇਦਾ ਹੁਕਮ ਜਾਰੀ ਕੀਤੇ ਹੋਏ ਨੇ ਕਿ ਇਸ ਕੇਸ ਦਾ ਨਿਪਟਾਰਾ ਕਰਦੇ ਹੋਏ ਕਿ ਬਈ ਜਿਹੜੀ 2 ਕਰੋੜ ਦੀ ਵਾਧੂ ਪੇਮੈਂਟ ਕੀਤੀ ਗਈ ਹੈ ਉਹਨਾਂ ਲੋਕਾਂ ਤੋਂ ਵਸੂਲੀ ਜਾਵੇ। ਮੁੱਦਾ ਹੁਣ ਇਹ ਹੈਗਾ, ਇਸ ਮੁੱਦੇ ਤੇ ਜਿਹੜੇ ਹੁਣ ਅੰਤਰਿੰਗ ਕਮੇਟੀ ਦੇ ਮੈਂਬਰ ਵੀ ਨੇ, ਹੋਰ ਵੀ ਨੇ, ਉਹ ਕਦੇ ਹਾਊਸ ਵਿੱਚ ਤਾਂ ਬੋਲਦੇ ਨਹੀਂ। ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸਰਦਾਰ ਬਲਦੇਵ ਸਿੰਘ ਸਰਸਾ ਦਾ ਸਾਥ ਦਿੰਦੇ, ਉਹ ਫਿਰ ਅਦਾਲਤ ਵਿੱਚ ਜਾਂਦੇ ਤੇ ਕਹਿੰਦੇ ਅਦਾਲਤ ਦੀ ਮਾਨਹਾਨੀ ਹੋਈ ਕੀਤੀ ਜਾ ਰਹੀ ਹੈ SGPC ਵੱਲੋਂ ਕਿ ਉਹਨਾਂ ਤੋਂ ਪੈਸਾ ਹਾਲੇ ਤੱਕ ਵਸੂਲਿਆ ਨਹੀਂ ਗਿਆ। ਇਹ ਮੁੱਦੇ ਇਸ ਲੈਵਲ ਦੇ ਨੇ, ਪਰ ਇਹ ਮੁੱਦਾ ਸਰਦਾਰ ਬਲਦੇਵ ਸਿੰਘ ਸਰਸਾ ਤੇ ਉਹਨਾਂ ਦੀ ਟੀਮ ਨੇ ਚੁੱਕਿਆ, ਅੱਲਾ ਬਲਦੇਵ ਸਿੰਘ ਜੀ ਨੇ ਵੀ ਚੁੱਕਿਆ, ਹੋਰ ਉਸ ਵਿੱਚ ਉਹ ਮਾਮਲਾ ਜਿੱਤ ਚੁੱਕੇ ਨੇ। ਇਸ ਲਈ ਇਸ ਮਾਮਲੇ ਵਿੱਚ ਹੁਣ ਲਾਲਪੁਰਾ ਤਾਂ ਦਖਲ ਵੀ ਨਹੀਂ ਦੇ ਸਕਦਾ, ਨਾ ਭਾਰਤ ਸਰਕਾਰ ਦਖਲ ਦੇ ਸਕਦੀ ਹੈ। ਤੇ ਇਹ ਮੁੱਦਾ ਜੇ ਉਹ ਲੈ ਕੇ ਗਏ ਨੇ ਲਾਲਪੁਰਾ ਤੱਕ, ਤੇ ਇਹ ਇੱਕੋ ਇੱਕ ਮੁੱਦਾ ਹੀ ਕਾਫੀ ਹੈਗਾ ਇਸ ਗੱਲ ਦੀ ਸੱਚਾਈ ਨੂੰ ਪ੍ਰਗਟ ਕਰਨ ਲਈ ਕਿ ਜਿਹੜਾ ਵੀ ਵਫਦ ਗਿਆ ਇਹ ਸਿਰਫ ਸਿਆਸੀ ਰੋਟੀਆਂ ਸੇਕਣ ਗਿਆ ਤੇ RSS ਨੂੰ ਸੱਦਾ ਦੇਣ ਗਿਆ ਕਿ ਵੀ ਤੁਸੀਂ ਸਾਡੇ ਇਸ ਯਾਦ ਪੱਤਰ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਾਮ ਵਿੱਚ ਦਖਲ ਦੇ ਲਓ ਤੇ ਤੁਸੀਂ ਵੀ ਸ਼ੋਸ਼ਣ ਕਰ ਲਓ ਗੁਰੂ ਦੀ ਗੋਲਾ। ਅਗਲਾ ਸਵਾਲ ਉਹਨਾਂ ਨੇ ਜਿਹੜਾ ਕੀਤਾ ਸੀ ਉਹ ਕਹਿੰਦੇ ਜੀ ਵੀ ਅਨੰਦਪੁਰ ਸਾਹਿਬ ਵਿਖੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਦਿਅਕ ਅਦਾਰਾ ਸਕੂਲ ਚੱਲਦਾ ਪਿਆ, ਬੜਾ ਨਾਮੀ ਸਕੂਲ ਆ ਜੀ। ਉਹ ਕਹਿੰਦੇ ਵੀ ਉੱਥੋਂ ਦੀ ਇੱਕ ਪ੍ਰਿੰਸੀਪਲ ਤੇ ਉਸਦੇ ਪਤੀ ਦੇ ਉੱਤੇ 1 ਕਿਲੋ ਅਫੀਮ ਦਾ ਰੱਖਣ ਦਾ ਕੋਈ ਦੋਸ਼ ਹੈ ਜੀ। ਪਹਿਲੀ ਤਾਂ ਗੱਲ ਹੈ ਜੀ, ਇਹ ਦੋਸ਼ ਇੱਕ ਧਾਰਮਿਕ ਅਦਾਰੇ ਦੇ ਪ੍ਰਿੰਸੀਪਲ ਤੇ ਲੱਗਣਾ ਹੀ ਆਪਣੇ ਆਪ ਦੇ ਵਿੱਚ ਬੜਾ ਪੰਥਕ ਹਲਕਿਆਂ ਦੇ ਵਿੱਚ ਬੜਾ ਖਤਰਨਾਕ ਹੈ ਜੀ। ਦੂਜੀ ਗੱਲ ਇਹ ਹੈ ਕਿ ਜੇ ਉਹਦੇ ਕੋਲ ਮਿਲੀ ਆ ਤੇ ਜਾਂ ਉਹਦੀ ਕੋਈ ਜਾਂਚ ਹੋਈ ਕਿ ਨਹੀਂ ਹੋਈ, ਉਹਨੂੰ ਹਟਾਇਆ ਗਿਆ ਕਿ ਨਹੀਂ ਹਟਾਇਆ ਗਿਆ, ਇਹਦੇ ਬਾਰੇ ਵੀ ਲਾਲਪੁਰਾ ਜੀ ਕੀ ਕਰ ਸਕਦੇ ਆ ਇਸ ਮਾਮਲੇ ਚ? ਵੀ ਪਹਿਲੇ ਮਾਮਲੇ ਚ ਵੀ ਇਹਨਾਂ ਨੂੰ ਗੁਰਦੁਆਰਾ ਜੁਡੀਸ਼ੀਅਲ ਬੋਰਡ ਕੋਲ ਜਾਣਾ ਚਾਹੀਦਾ ਸੀ, ਸਿੱਖ ਸੰਗਤਾਂ ਕੋਲ ਜਾਣਾ ਚਾਹੀਦਾ, ਵਡਾਲਾ ਸਾਹਿਬ ਦਾ ਸਾਥ ਦੇਣਾ ਚਾਹੀਦਾ, ਜਥੇਦਾਰ ਰਣਜੀਤ ਸਿੰਘ ਦਾ ਸਾਥ ਦੇਣਾ ਚਾਹੀਦਾ ਜਿਹੜੇ ਸੰਘਰਸ਼ਰਤ ਨੇ। ਜਿਹੜੀ ਗੱਲ ਅਫੀਮ ਵਾਲੀ ਹੈਗੀ ਹੈ, ਇੱਕ ਲੇਡੀ ਪ੍ਰਿੰਸੀਪਲ ਹੈ, ਉਹਦਾ ਪਤੀ ਤੇ ਵੀ ਆਰੋਪ ਨੇ ਕਿ ਬਈ ਉਹ ਸਪਲਾਈ ਕਰਦਾ ਵੇਚਦਾ, ਇਹ ਆਰੋਪ ਪਹਿਲਾਂ ਵੀ ਲੱਗ ਚੁੱਕੇ ਨੇ ਤੇ ਇਹ ਗੱਲ 4 ਤੋਂ 5 ਸਾਲ ਪੁਰਾਣੀ ਹੋ ਚੁੱਕੀ ਹੈ।
उन्होंने ने फिर इस गल चुक लिया जिम्मे पिछले मुद्दे भी हूँ चुक लिया इस भी चुक लिया उदों तक अंतरिम कमेटी के मैंबर चुप क्यों रहे हैं मामले तो सारे सामने आ चुके ने कोई नवी जानकारी नहीं दे रहे तो इन्हों मामलों के आधार पर श्रोमणी गुरद्वारा प्रबंधक कमेटी का कोई भी मैंबर सीधा अदालत जाके भी रिलीफ लै सकता सी जुडिशियल बोर्ड जाके भी लै सकता सी ते हाउस विच बोल के भी लै सकता है जे उन्हूं बोलन नहीं देंदे वह अकाल तख्त साहब ते मेमोरेंडम दे के कौमी चन्ना नूं नंगा कर सकता सी पर भारत सरकार नूं इस विच इनवॉल्व करना सिख धार्मिक मामले विच सीधी दखल अंदाजी करवाउण दे तुल है। अगला सवाल उन्होंने श्रोमणी गुरद्वारा प्रबंधक कमेटी के एक मैंबर सदा अमरजीत सिंह चावला फैडरेशन के भी लीडर होंगे जी आल इंडिया सिख स्टूडेंट फैडरेशन के भी उन्होंने किंतु परंतु किया जी वो कहें भी उन्होंने अपने बेटे को किसी कॉलेज इंजीनियरिंग कॉलेज के उच्चा अहुदे से लवाया फिर उन्होंने कहा जी तख्त श्री केसगढ़ साहब उन्होंने एक नंबर से दो नंबर से तीन नंबर कमरे उन्होंने अपने को 2011 तो रखे हुए ने ना उन्होंने किराया देंगे ने चढ़ते हैं इस तरह के कुछ होर भी दोष ने क्योंकि वह पंथक लीडर ने असी बहुत ही इस तरह की फोला फाली नहीं करते तो चलो खैर ये तुम इस चर्चा को किमें लेने हो कि जो इस तरह के श्रोमणी कमेटी के मैंबर से दोष लगन। देखो सरदार चावला तो पहले भी बड़े दोष लग चुके हैं आम तौर पर जड़े आनंदपुर साहब के वोटर ने कहते हैं कि तखत साहब तो आनंदपुर साहब तो सिखा ही चिट्टा वाड़न वाला वह शख्स है तो वह जे किसी शख्स का ना लेंदे ने तो इसे का ना ला देंगे ये भी दोष लाया जी उन्होंने। अच्छा यह भी लाया जी उन्होंने। हाँ जी उन्होंने कहा जी कि डीएसपी के दोष ने चावला जी के उत्ते कि नशा तस्करी भी कर दें किसी डीएसपी की गल की जी। हाँ जी हाँ बिल्कुल तो यह आरोप उन्होंने लगते आ रहे हैं और बड़े गंभीर आरोप लगे ने उन्होंने कदे भी कोई कार्रवाई नहीं हुई जड़े आरोप लगे ने उस आरोपों कोई कदे एफ आई आर नहीं हुई कदे कोई कानूनी कार्रवाई नहीं हुई कदे कोई धार्मिक कार्रवाई भी नहीं हुई किसी अकाल तख्त साहब या केसगढ़ साहब के जथेदार को भी कोई रिटर्न पटीशन नहीं गई तो जिस वेले अजिहियां कार्रवाइया सिर्फ अखबारों ही उछालिया जा फिर मनिया जाना चाहिए कि वह सिर्फ छीछा लेदर कर रहे ने आरोप प्रति आरोप ला रहे ने उसके पिछे कोई गंभीरता नहीं है कोई सबूत तथ्य भी नहीं है क्योंकि फिर कथित आरोप हो जाते हैं तो कथित आरोप किसी ते लाने मैं समझना जायज नहीं है जे तुसी करनी है तो फिर सीधी कार्रवाई करन जोगे तुसी हो जे तुहाडे कोल सबूत ने तुसी लालपुरा जी नूं देन जा रहे हो तो उन्होंने सबूतों के आधार पर तो सीधी आनंदपुर साहब में ही कार्रवाई करवा सकते सी भी चाहिए सी पर उन्होंने नहीं करवाई यह मतलब है कि वह भी राजनीति तो मोटिवेटर ने। सरदार साहब मैं एक इतने सवाल होर उठता है कि जिमें हाई कोर्ट या वड्डियां अदालत अपने तौर पर उसका नोटिस ले लेंदियां हैं किसी समाज के वड्डी बुराई आई हो जो एडिया एडिया बुराइया सामने रख रहे हैं कि गुरद्वारा जुडिशियल बोर्ड भी अपने तौर पर कोई इस तरह के नोटिस ले सकता है जो ज्यूरिसडिक्शन कोई इस तरह की पावर है जी ज्यूरिसडिक्शन अजि कोई पावर नहीं हैगी जी वह बड़ा कमजोर बोर्ड आ उसनू मजबूत किया जाना चाहिए उन्होंने इंडिपेंडेंट अदालत का परमानेंट अदालत का दर्जा मिलना चाहिए सिखा की धार्मिक अदालत के तौर पर उस विच कोई शिकायत सही निपटारा ना होने करके ही सिखाई चा नमोशी है तो लालपुरे तक पहुंच गए ने शायद उतो कुछ रिलीफ मिल जाए उन्होंने भी कोई रिलीफ नहीं देना उन्होंने भी स्वाद ही लैना वो स्वाद ला लैणगे उन्होंने भी गोलक का शोषण करवाना शोषण करवा लैणगे इन्नी कुछ इन्नी गल होएगी परनाला उत्थे दा उत्थे ही रहना पर यह चीज लाजमी है जड़ी उन्होंने शिकायत पत्र दिता है कि श्रोमणी गुरद्वारा प्रबंधक कमेटी के अंदरूनी ढांचे भी बैरूनी ढांचे भी श्रोमणी गुरद्वारा प्रबंधक कमेटी के अपने आप उच्च पद्धर से भी तो उहदे अदारियां विच भी भ्रिष्टाचार सिर चढ़ के बोलती पई है अते गुरमत के खिलाफ काम हो रहे ने नशे के काम हो रहे ने
नशे दे व्यापारी गुरुद्वारियां नूं वरत रहे ने, ओहदेदारियां नूं वरत रहे ने, इन्हां चीज़ां दे सुधार वास्ते सिखां नूं सिर जोड़ के बहना चाहीदा। आरोप प्रति आरोप नाल हुण साडा कुछ नहीं संवरना, सिर थोड़ी देर दी चस्का है या सवाद है, इस तों बाद कुछ भी नहीं चाहिदा। इन्हां खिलरे जे सवालां नूं समेटदे होए मैं इक निक्का जिहा तुहाडे अगे संखेप सवाल करदा चलां, फिर अगले सवाल वल वधांगे। सर अतिंद्रपाल सिंह जी, जदों इस सारे तस्वीर नूं तुसीं बड़ा नीझ नाल देखदे हो ते किते ना किते इस तरह ते नहीं लगदा कि श्रोमणी गुरद्वारा प्रबंधक कमेटी दे इलैक्टोरल प्रोसैस नूं वड्डा डेंट पाउण लई कोई अंदरों ही कोई पौड़ी दा पहला कदम डंडा डंडे ते चढ़न वाली कोशिश कर रहा? डेंट तो लगातार ही पाए जा रहे ने जी देखो, पर डेंट पाउण वाले भी साफ सुथरे अक्स दे भी नहीं है, चाल चलन च भी नहीं है, तो लोगों का भी उन्होंने भरोसा नहीं है। इसे करके लोग उन इस मुहिम नाल जुड़े नहीं, तो मुहिम लोग मुहिम नहीं बन सकी। हम मोटी जी गल आ, जे इन्होंने इस वफद ने भी लालपुरा जी मिलन जाना सी, उस तो ज्यादा बैटर सी कि चीफ जस्टिस मिलते हाई कोर्ट के नूं कहंदे कि इलैक्शन कराओ, ਇਹ ਖੁਦ ਇਲੈਕਸ਼ਨ ਹੀ ਸਾਹਮਣੇ ਆਉਂਦੇ ਕਹਿੰਦੇ ਕਿ ਬਈ ਹਾਂ ਇੰਨੀ ਇੰਨੀ ਸਾਡੇ ਨਾਲ ਸਮਰੱਥਾ ਹੈ ਅਤੇ ਹੋਰ ਬੰਦੇ ਵੀ ਸਾਡੇ ਨਾਲ ਜੁੜੋ ਅਤੇ ਆਓ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਅਧੀਨ ਚੱਲ ਰਹੇ ਪ੍ਰਬੰਧ ਨੂੰ ਗੁਰਮਤ ਅਨੁਸਾਰ ਸੁਧਾਰੀਏ ਅਤੇ ਐਕਟ ਦੇ ਅਧੀਨ ਚੋਣਾਂ ਦੀ ਮੰਗ ਕਰੀਏ। ਲਾਲਪੁਰਾ ਜੀ ਅੱਗੇ ਜਾ ਕੇ ਵੀ ਉਹਨਾਂ ਨੇ ਚੋਣਾਂ ਦੀ ਮੰਗ ਨਹੀਂ ਕੀਤੀ, ਇਹਦਾ ਮਤਲਬ ਸਾਫ਼ ਹੈ ਕਿ ਉਹ ਵੀ ਅਜਿਹੇ ਹੀ ਸਿਸਟਮ ਦੀ ਭੜਕਾਊ ਅਤੇ ਭ੍ਰਿਸ਼ਟਾਚਾਰੀ ਵਾਲੀ ਇਹ ਲੋਭ ਪਰੰਪਰਾ ਦਾ ਇੱਕ ਹਿੱਸਾ ਹੀ ਨੇ, ਤੋਂ ਅਸੀਂ ਚੋਂ ਆਪਣੇ ਲਾ ਲੈਣਾ ਚਾਹੁੰਦੇ ਨੇ ਜੀ। ਅਗਲੇ ਸਵਾਲ ਵੱਲ ਵੱਧਦੇ ਹਾਂ। ਸਰ ਤਿੰਦਰਪਾਲ ਸਿੰਘ ਜੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇੱਕ ਫੈਸਲਾ ਲਿਆ ਜੀ, ਉਹਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਲਈ 2 ਦਰਜਨ ਦੇ ਕਰੀਬ ਆਪਣਾ ਧਰਮ ਪ੍ਰਚਾਰਕ ਨਿਯੁਕਤ ਕੀਤੇ ਨੇ। ਉਹਨਾਂ ਨੂੰ ਕੁਦਰਤੀ ਹੈ ਜੀ ਕਿ ਤਨਖਾਹਾਂ ਵੀ ਦੇਣਗੇ, ਜੋ ਵੀ ਉਹਨਾਂ ਦਾ ਬਣਦਾ ਮਾਣ ਭੱਤਾ। ਹੁਣ ਇੱਕ ਇੱਥੇ ਇੱਕ ਜਿਹੜਾ ਸਵਾਲ ਉੱਠ ਜਾਂਦਾ, ਸਾਡੀ ਬੁਲੇਟ ਟੂ ਬੁਲੇਟ ਟੀਮ ਦੇ ਸੂਤਰਾਂ ਵੱਲੋਂ ਵੀ ਇਹ ਪਤਾ ਲੱਗਾ ਕਿ ਦਿੱਲੀ ਦੇ ਨੇੜੇ ਤੇੜੇ NCR ਦੇ ਵਿੱਚ ਕਈ ਸਿੱਖਾਂ ਨੇ ਆਪਣੂੰ ਧਰਮ ਬਦਲ ਕੇ ਦੂਜੇ ਧਰਮ 'ਚ ਚਲੇ ਗਏ, ਉੱਧਰੋਂ ਬਜਾਏ ਕਿ ਉੱਥੇ ਆਪਣਾ ਪ੍ਰਚਾਰ ਕਰਨ ਦੇ, ਇੱਧਰ ਜਦੋਂ ਪੰਜਾਬ ਵੱਲ ਵੱਧਦੇ ਨੇ ਅਤੇ ਪੰਜਾਬ ਦੀ SGPC ਦਿੱਲੀ ਜਾਂਦੀ, ਇਹਨਾਂ ਦੀ ਆਪਣੀ ਭਰਾ ਮਾਰੂ ਲੜਾਈ ਦੇ ਵਿੱਚ ਪੰਥ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ? ਸਿੱਖੀ ਨੂੰ ਪੀਸਿਆ ਜਾ ਰਿਹਾ ਜੀ ਇਹ ਦੋ ਚੱਕੀ ਦੇ ਪੁਣਾ ਹੀ ਚ, ਗੁਰਮਤ ਅਤੇ ਨਾਨਕ ਸ਼ਾਹੀ ਪ੍ਰਣਾਲੀ ਖਿੱਚ ਕੇ ਖਤਮ ਕੀਤੀ ਜਾ ਰਹੀ ਹੈ। ਕਾਲਕਾ ਜੀ ਨੂੰ ਚਾਹੀਦਾ ਸੀ ਕਿ ਉਹ ਆਪਣਾ ਦਿੱਲੀ ਅਤੇ ਦਿੱਲੀ ਦੇ ਆਸ ਪਾਸ ਦਾ ਇਲਾਕਾ, ਦਿੱਲੀ ਦੇ ਨਾਲ ਲੱਗਦੇ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਖੈਰ ਲੈਂਦੇ, ਕਿਉਂਕਿ ਇੱਥੇ ਬੜੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ, ਪੰਜਾਬ ਵਿੱਚ ਵੀ ਹੋ ਰਿਹਾ, ਮੈਂ ਨਾ ਨਹੀਂ ਕਰ ਰਿਹਾ, ਪਰ ਧਰਮ ਪਰਿਵਰਤਨ ਦੀ ਇਸ ਮੁਹਿੰਮ ਵਿੱਚ ਅਜਿਹੀ ਪ੍ਰਚਾਰ ਪੱਧਤੀ ਅਪਣਾਉਣੀ ਅਤੇ ਉਸ ਦਾ ਇਸਤੇਮਾਲ ਕਰਨਾ ਸਿੱਖ ਕੌਮ ਦੇ ਨੁਕਸਾਨਦਾਇਕ ਹੈ। SGPC ਦਿੱਲੀ ਜਾ ਕੇ ਕਰੇ, ਦਿੱਲੀ ਵਾਲੇ SGPC ਆ ਕੇ ਕਰਨ, ਅਤੇ ਅਲਟੀਮੇਟਲੀ ਤੁਸੀਂ ਸਿੱਖ ਸੰਸਥਾਵਾਂ ਹੀ ਸਿੱਖਾਂ ਨੂੰ ਨਿੰਦੀਦੀਆਂ ਰਹਿਣ, ਅਤੇ ਦਿੱਲੀ ਵਾਲੇ ਅੰਮ੍ਰਿਤਸਰ ਵਾਲਿਆਂ ਨੂੰ, ਅੰਮ੍ਰਿਤਸਰ ਵਾਲੇ ਦਿੱਲੀ ਵਾਲਿਆਂ ਨੂੰ ਨਿੰਦਣ, ਅਤੇ ਇਸ ਦਾ ਫਾਇਦਾ ਕਿੰਨੇ ਚੁੱਕਣਾ? ਦੁਸ਼ਮਣ ਨਹੀਂ ਚੁੱਕਣਾ, ਫਾਇਦਾ ਕਿੰਨੇ ਚੁੱਕਣਾ? ਜਿਹੜੇ ਧਰਮ ਪਰਿਵਰਤਨ ਕਰਾ ਰਹੇ ਨੇ ਉਹਨਾਂ ਨੇ ਚੁੱਕਣਾ, ਅਤੇ ਉਹ ਫਾਇਦਾ ਚੁੱਕ ਰਹੇ ਨੇ। ਬਲੈਕ ਐਂਡ ਵਾਈਟ 'ਚ ਕਿਸੇ ਕੋਲ ਵੀ ਕੋਈ ਪ੍ਰੋਪਰ ਪੋਲਿਸੀ ਨਹੀਂ ਹੈ ਕਿ ਉਹ ਧਰਮ ਪਰਿਵਰਤਨ ਨੂੰ ਰੋਕ ਸਕੇ, ਮੈਂ ਆਨਲਾਈਨ ਤੁਹਾਨੂੰ ਕਹਿ ਰਿਹਾ, ਅਤੇ ਬਰਾਬਰ ਦੀ ਇੱਕ ਪੋਲਿਸੀ ਬਣਾਉਣ ਵਾਸਤੇ ਅਸੀਂ ਬੜਾ ਯਤਨ ਕੀਤਾ, ਪਰ ਸਾਨੂੰ ਇਹਨਾਂ ਨੇ ਹੁੰਗਾਰੇ ਨਹੀਂ ਦਿੱਤੇ, ਅਤੇ ਇਸ ਕਰਕੇ ਅਜਿਹੇ ਜਿਹੜੇ ਯਤਨ ਨੇ ਇਹ ਸਿਰਫ ਅਤੇ ਸਿਰਫ ਸਿਆਸੀ ਪੱਧਰ 'ਤੇ ਇੱਕ ਦੂਜੇ ਦੀ ਜਥੇਬੰਦੀ ਨੂੰ ਨੀਵਾਂ ਦਿਖਾਉਣ ਵਾਸਤੇ ਅਤੇ ਜਾਂ ਉਸ ਤੋਂ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਸਿੱਖਾਂ ਦਾ ਨਾ ਕੋਈ ਭਲਾ ਇਹਦੇ 'ਚ ਹੈਗਾ,
ना कोई सिद्धांतक पला है, ना कोई धार्मिक पला है, ना ही कोई मर्यादक पला, सारे पासे तो नुकसान ही नुकसान है। ਇਹ ਤਾਂ ਤੁਸੀਂ ਪੰਥਕ ਢਾਹ ਦੀ ਗੱਲ ਕੀਤੀ, ਹੁਣ ਪੰਜਾਬ ਦੇ ਵਿੱਚ ਕੀ ਗੱਲ ਹੋ ਰਹੀ ਹੈ, ਕੀ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ, ਉਹ ਤੁਹਾਡੇ ਨਜ਼ਰ ਕਰਦੇ ਹਾਂ ਜੀ, ਕਿ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਹੈ, ਉੱਤੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ 66,70,000 ਨਸ਼ੇੜੀ ਨੇ, ਅਤੇ ਉਹਨਾਂ ਦੇ ਵਿੱਚ 10 ਸਾਲ ਦੀ ਉਮਰ ਵਾਲੇ ਵੀ ਕਈ ਜਣੇ ਸ਼ਾਮਿਲ ਨੇ ਜੀ, ਵੱਡੇ ਤਾਂ ਹੈ ਨਹੀਂ ਨੇ। ਤੇ ਇਹ ਮਾਹੌਲ ਜਿਹੜਾ ਬਣਦਾ ਪਿਆ ਪੰਜਾਬ ਦੀ ਕੁੱਲ ਵਸੋਂ ਦਾ ਕਿੰਨੇ ਪ੍ਰਤੀਸ਼ਤ ਤੇ ਕਿੱਥੇ ਤੱਕ ਪ੍ਰਭਾਵ ਪੈ ਚੁੱਕਾ ਇਹੋ ਜਿਹੇ ਗੱਮਾਂ ਦਾ? ਨਸ਼ਿਆਂ ਦੀ ਜਿਹੜੀ ਆ ਰਿਪੋਰਟ ਹੈ ਆਪਣੇ ਆਪ ਵਿੱਚ ਬੜੀ ਖਤਰਨਾਕ ਰਿਪੋਰਟ ਆ। ਕੁੱਲ ਆਬਾਦੀ ਪੰਜਾਬ ਦੀ ਹਲੇ 3 ਕਰੋੜ ਹੋਈ ਨਹੀਂ, 3 ਕਰੋੜ ਦੀ ਆਬਾਦੀ ਚ 66 ਲੱਖ ਅਧਿਕਾਰਤ ਤੌਰ ਤੇ ਆ ਮੰਨਿਆ ਜਾ ਰਿਹਾ ਕਿ ਬਈ ਨਸ਼ਿਆਂ ਦੇ ਐਡਿਕਟ ਹੋ ਚੁੱਕੇ ਨੇ, ਤੇ ਨਸ਼ਾ ਕਿੰਨੇ ਕੁ ਕਰ ਰਹੇ ਨੇ ਉਸ ਦੀ ਕੋਈ ਗਿਣਤੀ ਨਹੀਂ ਦੱਸੀ ਗਈ, ਇਹ ਤਾਂ ਐਡਿਕਸ਼ਨ ਵਾਲੀ ਗਿਣਤੀ ਹੈ। ਇਸ ਗਿਣਤੀ ਵਿੱਚੋਂ ਸ਼ਰਾਬੀ ਵੀ ਬਾਹਰ ਨੇ, ਤੇ ਪੰਜਾਬ ਵੀ ਸਭ ਤੋਂ ਜ਼ਿਆਦਾ ਸ਼ਰਾਬ ਵਿਕਦੀ ਹੈ, ਹੋਰ ਰੈਵੈਨਿਊ ਵੀ ਸਾਰਾ ਬਾਹਰ ਹੈ। ਤੇ ਜੇ ਆਮ ਤੌਰ 'ਤੇ ਇਹ ਦੇਖ ਲਿਆ ਜਾਏ ਤੇ ਕਿ ਹਰ ਦੂਜਾ ਪੰਜਾਬੀ ਨਸ਼ੇੜੀ ਹੈ, ਔਰ ਉਸ ਤਨ ਯੂਰੋਪ ਦੇ ਸਿਟੀਜ਼ਨ ਨਾਲੋਂ ਵੱਧ ਨਸ਼ਾ ਕਰ ਲੈਂਦਾ, ਚਾਹੇ ਬੀਅਰ ਪੀਏ, ਚਾਹੇ ਸ਼ਰਾਬ ਪੀਏ, ਚਾਹੇ ਚਿੱਟਾ ਪੀਏ, ਚਾਹੇ ਅਫੀਮ ਪੀਏ, ਤੇ ਚਾਹੇ ਕੋਈ ਦਵਾਈ ਖਾਏ, ਤੇ ਚਾਹੇ ਕੋਈ ਸਲੂਸ਼ਨ ਖਾਏ, ਤੇ ਚਾਹੇ ਕੋਈ ਆਇਓਡੈਕਸ ਚੱਪੇ, ਇਹ ਸਾਰਾ ਕੁਛ ਹੀ ਹੋ ਰਿਹਾ। ਇੱਥੋਂ ਤੱਕ ਵੀ ਹੋ ਰਿਹਾ ਜੇਲ੍ਹਾਂ 'ਚ ਵੀ ਤੇ ਹੋਰ ਥਾਵਾਂ 'ਤੇ ਵੀ, ਛਿਪਕਲੀਆਂ ਦੀਆਂ ਪੂੰਛਾਂ ਵੱਢ ਵੱਢ ਕੇ ਸੇਕ ਸੇਕ ਕੇ ਖਾਂਦੇ ਨੇ, ਪੀਂਦੇ ਨੇ, ਇਹ ਵੀ ਹੋ ਰਿਹਾ। ਤੇ ਅਜਿਹੀਆਂ ਹਾਲਤਾਂ ਵਿੱਚ 66 ਲੱਖ ਦੀ ਗਿਣਤੀ ਦੱਸਣਾ ਆਪਣੇ ਆਪ ਵਿੱਚ ਧੋਖਾ ਦੇਣ ਦੇ ਬਰਾਬਰ ਹੈ, ਪਹਿਲੀ ਗੱਲ। ਦੂਸਰੀ ਗੱਲ, ਪੰਜਾਬ ਦੀ ਮੈਂ ਤੁਹਾਨੂੰ ਦੱਸ ਰਿਹਾ, ਹਰ ਦੂਜਾ ਵਿਅਕਤੀ ਕਿਸੇ ਨਾ ਕਿਸੇ ਟਾਈਪ ਦੇ ਨਸ਼ੇ ਦਾ ਆਦੀ ਹੈ, ਇਹ ਆਬਾਦੀ ਅੱਧੀ ਤੋਂ ਜ਼ਿਆਦਾ ਹੋ ਜਾਂਦੀ ਹੈ। ਤੀਸਰੀ ਗੱਲ ਹੈ ਕਿ ਪੰਜਾਬ ਸਰਕਾਰ ਚੱਲ ਹੀ ਨਸ਼ੇ ਦੀ ਆਮਦਨ ਨਾਲ ਰਹੀ ਹੈ, ਤੇ ਚੌਥੀ ਗੱਲ ਹੈ ਕਿ ਜਿਹੜਾ ਨਸ਼ ਚਿੱਟਾ ਮਾਫੀਆ, ਰੇਤ ਮਾਫੀਆ, ਉਹ ਸਿਆਸੀ ਬੰਦਿਆਂ ਦੇ ਲਈ ਆਪਣਾ ਦੁਧਾਰੂ ਬਣਿਆ ਹੋਇਆ, ਤੇ ਇਹ ਜਿਹੜਾ ਸਮੀਕਰਨ ਆਪਸ ਵਿੱਚ ਰਲ ਗੱਡ ਕਰਕੇ ਨਸ਼ੇ ਦਾ ਉੱਭਰਦਾ ਪੰਜਾਬ ਵਿੱਚ, ਉਸ ਤੋਂ ਫਿਰ ਇਹੀ ਜ਼ਾਹਰ ਹੁੰਦਾ ਕਿ ਆਮ ਤੌਰ 'ਤੇ ਪੰਜਾਬੀ ਨਸ਼ੇੜੀ ਬਣ ਚੁੱਕਾ। ਕਿਉਂਕਿ ਜਿਹੜੀ ਹੁਣ 66 ਲੱਖ ਵਾਲੀ ਗਿਣਤੀ ਦਿੱਤੀ ਗਈ ਹੈ, ਅਸੀਂ 10 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ 75 ਨਾਲੋਂ ਤੇ 75 ਸਾਲ ਦੀ ਲੇਡੀ ਬਜ਼ੁਰਗ ਤੱਕ ਆਉਂਦੇ ਨੇ, ਜੇ ਮਰਦ ਬਜ਼ੁਰਗ ਤੱਕ ਨਹੀਂ ਆਉਂਦੇ, ਔਰਤ ਵੀ ਵਿੱਚ ਹੈ ਅਤੇ ਦੂਸਰੇ ਵੀ ਹੈ, ਅਤੇ ਇਹ ਬੜੀ ਖਤਰਨਾਕ ਪੋਜੀਸ਼ਨ ਹੈ ਪੰਜਾਬ ਲਈ। ਔਰ ਉਸ ਹਾਲਤ ਵਿੱਚ ਵੀ ਜਦੋਂ ਮਾਨ ਸਰਕਾਰ ਇਹ ਕਹਿ ਕੇ ਇਹ ਦਾਅਵਾ ਕਰਕੇ ਆਈ ਸੀ ਕਿ ਅਸੀਂ ਸਭ ਤੋਂ ਪਹਿਲਾਂ ਕੰਮ ਨਸ਼ੇ ਖਤਮ ਕਰਨ ਦਾ ਹੀ ਕਰਾਂਗੇ, ਤੇ ਉਹਨਾਂ ਨੂੰ ਵੀ ਸਾਲ ਸਵਾ ਸਾਲ ਤੋਂ ਉੱਤੇ ਹੋ ਗਿਆ, ਅਜੇ ਵੀ ਉਹੀ ਕੰਮ ਚੱਲਦੇ ਪਏ ਨੇ। ਮਾਨ ਸਰਕਾਰ ਨੇ ਤੇ ਹੋਰ ਚੰਗਾ ਕੰਮ ਇਹ ਕੀਤਾ ਨਾ ਜੀ, ਕਿ ਨਸ਼ਿਆਂ ਦੇ ਵਪਾਰ ਨੂੰ ਵਧਾਇਆ, ਤੇ ਜਿਹੜੀ ਸਰਕਾਰੀ ਸ਼ਰਾਬ ਸੀ ਉਸਦੇ ਠੇਕੇ ਵੀ ਵਧਾਏ, ਤੇ ਉਸਦੀ ਪਾਲਿਸੀ ਵੀ ਲਿਬਰਲ ਕੀਤੀ ਕਿ ਵੀ ਤੁਸੀਂ ਹੋਰ ਜ਼ਿਆਦਾ ਸ਼ਰਾਬ ਪੀਓ, ਤੇ ਸ਼ਰਾਬ ਦੀ ਖਪਤ ਤੇ ਇਹਨਾਂ ਨੇ ਵਧਾਈ ਆ, ਘਟਾਈ ਨਹੀਂ ਆ। ਦੂਜੇ ਨਸ਼ੇ ਵੀ ਉਵੇਂ ਹੀ ਵਿਕ ਰਹੇ ਨੇ ਪਹਿਲਾਂ ਵਾਂਗ। ਅੱਗੇ ਵੱਧਦੇ ਹਾਂ ਸਾਹਿਬ ਅਤਿੰਦਰਪਾਲ ਸਿੰਘ ਜੀ, ਕਿ ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਜੀ, ਉਹਨਾਂ ਨੇ ਇੱਕ ਤਰ੍ਹਾਂ ਦਾ ਹੁਕਮ ਕਰ ਦਿੱਤਾ ਕਿ ਮਾਨ ਸਰਕਾਰ ਜਿਹੜੀ ਵੀ ਬਿਜਲੀ ਸਬਸਿਡੀ ਦੇ ਰਹੀ ਆ, ਉਹਦੀ ਸਬਸਿਡੀ ਦੀ ਜਿਹੜੀ ਰਕਮ ਹੈ ਉਹ ਪੇਸ਼ਗੀ ਤੌਰ 'ਤੇ ਕੰਪਨੀਆਂ ਨੂੰ ਜਮ੍ਹਾਂ ਕਰਾਏ, ਜੇ ਮਾਨ ਸਰਕਾਰ 'ਤੇ ਲਾਗੂ, ਬਾਕੀ ਦੇਸ਼ 'ਚ ਵੀ ਲਾਗੂ ਹੋਏਗਾ, ਪਰ ਮਾਨ ਸਰਕਾਰ ਨੇ ਕਿਉਂਕਿ ਵੱਡੇ ਪੱਧਰ 'ਤੇ ਇਹ ਕੰਮ ਸ਼ੁਰੂ ਕੀਤੇ ਸੀਗੇ, ਦਿੱਲੀ ਸਰਕਾਰ ਦੇ ਵਿੱਚ ਵੀ ਉਹ ਕੁਝ ਹੈ, ਅਤੇ ਹੁਣ ਤੁਹਾਨੂੰ ਲੱਗਦਾ ਕਿ ਹੁਣ ਬਿਜਲੀ ਦਾ ਕੇਂਦਰ ਵੱਲੋਂ ਕੋਈ ਵੱਡਾ ਕਰੰਟ ਲੱਗਣ ਲੈ? ਦਰਅਸਲ ਕੇਂਦਰ ਵੱਲੋਂ ਵੱਡੇ ਕਰੰਟ ਦੀ ਗੱਲ ਨਹੀਂ ਹੈ ਜੀ, ਜੇ ਇਮਾਨਦਾਰੀ ਨਾਲ ਅਸੀਂ ਦੇਖੀਏ, ਇਹ ਸਾਡੇ ਸਿਸਟਮ ਨੂੰ ਕੋਲੈਪਸ ਹੋਣ ਤੋਂ ਬਚਾਉਣ ਦੀ ਕਾਰਵਾਈ ਹੈ। ਅੱਛਾ ਜੀ। 2007 ਵਿੱਚ ਬਿਜਲੀ ਰੈਗੂਲੇਟਰੀ ਕਮਿਸ਼ਨ ਪੰਜਾਬ ਨੇ ਕਿਹਾ ਸੀ ਪੰਜਾਬ ਸਰਕਾਰ ਨੂੰ 2007 ਵਿੱਚ
ਕਿ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਤਿਮਾਹੀ ਦੇ ਤਿਮਾਹੀ ਐਡਵਾਂਸ ਜਮ੍ਹਾਂ ਕਰਵਾਈ ਜਾਇਆ ਕਰੇ, ਕਿਉਂਕਿ ਜੇ ਤੁਸੀਂ ਐਡਵਾਂਸ ਜਮ੍ਹਾਂ ਨਹੀਂ ਕਰਾਓਗੇ ਤੇ ਫਿਰ ਬਿਜਲੀ ਉਤਪਾਦਨ ਤੇ ਪ੍ਰਭਾਵ ਪਏਗਾ, ਬਿਜਲੀ ਵਿਤਰਨ ਤੇ ਵੀ ਪ੍ਰਭਾਵ ਪਏਗਾ। ਪੰਜਾਬ ਸਰਕਾਰ ਨੇ ਤੇ 2007 ਤੋਂ ਇਸ ਮਾਮਲੇ ਨੂੰ ਨਹੀਂ ਮੰਨਿਆ ਜੀ। ਬਾਦਲ ਸਾਹਿਬ ਵੀ ਹੋ ਕੇ ਚਲੇ ਗਏ, ਕੈਪਟਨ ਸਾਹਿਬ ਵੀ ਹੋ ਕੇ ਚਲੇ ਗਏ, ਚੰਨੀ ਸਾਹਿਬ ਵੀ ਹੋ ਕੇ ਚਲੇ ਗਏ, ਤੇ ਹੁਣ ਭਗਵੰਤ ਸਿੰਘ ਮਾਨ ਵੀ ਮੰਨਣ ਨੂੰ ਤਿਆਰ ਨਹੀਂ ਹੈ। ਅਸਲ ਮੁੱਦਾ ਹੈ ਹੁਣ ਜੇ ਤੁਸੀਂ ਆਪਣੇ ਪੰਜਾਬ ਰਾਜ ਦੇ ਬਿਜਲੀ ਕਾਰਪੋਰੇਸ਼ਨ ਨੂੰ ਪੈਸਾ ਹੀ ਨਹੀਂ ਦਊਗੇ ਔਰ ਉਹ 20,000 ਕਰੋੜ ਰੁਪਏ ਦੇ ਤੁਹਾਡੀ ਸਬਸਿਡੀ ਦੇ ਘਾਟੇ 'ਚ ਆ ਜਾਏਗਾ, ਤੇ ਫਿਰ ਉਹ ਤਾਂ ਜਾਂ ਤਾਂ ਤਾਲਾਬੰਦੀ ਕਰ ਜਾਏਗਾ ਜਾਂ ਘਰ ਜਾ ਕੇ ਸਾਰੇ ਬਿਜਲੀ ਮੁਲਾਜ਼ਮ ਬਹਿ ਜਾਣਗੇ। ਇੱਕੋ ਕੰਮ ਹੈ ਬਈ, ਫਿਰ ਜਿਹਨਾਂ ਨੇ ਬਿਜਲੀ ਲੈਣੀ ਹੈ ਮੁਫ਼ਤੀ ਲੈਣੀ ਹੈ ਲਈ ਜਾਓ, ਲੋੜ ਕੀ ਹੈ ਫਿਰ ਪਰਵਾਹ ਕਰਨ ਦੀ। ਤੇ ਇਸ ਕਗਾਰ ਤੇ ਸੂਬਾ ਪਹੁੰਚ ਚੁੱਕਾ ਸਾਡਾ, ਮੁਲਾਜ਼ਮ ਵੀ ਬੜੇ ਤੰਗ ਨੇ, ਖਪਤਕਾਰ ਵੀ ਤੰਗ ਨੇ, ਪਰ ਮੁਫ਼ਤਖੋਰ ਬੜੇ ਨੱਚਦੇ ਟੱਪਦੇ ਪਏ ਨੇ। ਮਾਨ ਸਰਕਾਰ ਅੱਗੇ ਮੁੱਦਾ ਇਸ ਗੰਭੀਰ ਅਵਸਥਾ ਵਿੱਚ ਆ ਚੁੱਕਾ ਹੈ ਕਿ ਕੈਨੇਡਾ ਦੇ ਕੁਛ ਗੁਰਸਿੱਖ ਇਸ ਮਾਮਲੇ 'ਚ ਪਏ ਸਨ ਜੀ, ਤੇ ਉਹਨਾਂ ਨੇ ਕਿਹਾ ਸੀ ਕਿ ਬਈ ਅਸੀਂ ਘੱਟੋ ਘੱਟ ਜਿਹੜੀ ਹੈ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਇਸਦੇ ਪ੍ਰਬੰਧਨ ਵਾਸਤੇ ਕੁਛ ਕਰ ਸਕਦੇ ਹਾਂ। ਮਾਨ ਸਾਹਿਬ ਨੇ ਉਹਨਾਂ ਨੂੰ ਵੀ ਆਗਿਆ ਨਹੀਂ ਦਿੱਤੀ। ਹੁਣ ਮੁੱਦਾ ਇੱਥੇ ਆ ਕੇ ਖੜਾ ਹੋ ਗਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਕੰਗਾਲ ਹੋ ਚੁੱਕਾ, ਵਿਤਰਨ ਪ੍ਰਣਾਲੀ ਵਾਲਿਆਂ ਕੋਲ ਸਾਜੋ ਸਮਾਨ ਨਹੀਂ ਹੈਗਾ ਤੇ ਬਿਜਲੀ ਮੁਫ਼ਤ ਹੈ ਸਾਰਿਆਂ ਦੀ। ਹੁਣ ਜੇ ਸਾਰਿਆਂ ਦੀ ਬਿਜਲੀ ਨੂੰ ਮੁਫ਼ਤ ਦੇ ਆਧਾਰ ਤੇ ਅਸੀਂ ਦੇਖੀਏ ਤੇ ਜਿਹੜੀ ਹੈ ਇੱਕ ਮੋਟੀ ਜਿਹੀ ਬਣਦੀ ਹੈ, 10,000 ਕਰੋੜ ਦੀ ਬਿਜਲੀ ਤਾਂ ਖੇਤੀ ਸੈਕਟਰ ਲੈ ਜਾਂਦਾ, 6,000 ਕਰੋੜ ਦੀ ਬਿਜਲੀ 300 ਯੂਨਿਟ ਲੈ ਜਾਂਦੇ ਨੇ ਜਿਹੜੇ ਪ੍ਰਤੀ ਮਹੀਨਾ ਮੁਫ਼ਤ ਨੇ, ਬਾਕੀ ਜਿਹੜੀ ਸਨਅਤਾਂ ਪਛੜੀਆਂ ਸ਼੍ਰੇਣੀਆਂ ਦੀ ਬਿਜਲੀ ਵੀ ਸਬਸਿਡੀ ਹੈ ਉਹ ਵੱਖਰੀ ਹੈ। ਤੇ ਜੇ ਅਸੀਂ ਕੁੱਲ ਬਿਜਲੀ ਸਬਸਿਡੀ ਨੂੰ ਦੇਖੀਏ ਤੇ 20,24,376 ਕਰੋੜ ਰੁਪਇਆ ਬਣਦਾ, 20,24,376 ਵੱਡੀ ਰਕਮ ਇੱਕ ਨਿਗਮ ਕਿੱਥੋਂ ਸਹੇਗਾ ਜੇ ਉਹਨੂੰ ਵਾਪਸ ਨਹੀਂ ਮਿਲੇਗੀ? ਤੇ ਵਾਪਸ ਤਾਂ ਮਿਲਣੀ ਚਾਹੀਦੀ ਹੈ। ਇਸ ਲਈ ਇਹ ਫੈਸਲਾ ਆਇਆ, ਪਹਿਲਾਂ ਤਾਂ ਅਦਾਲਤ ਨੇ ਫੈਸਲਾ ਦਿੱਤਾ ਸੀ, ਹੁਣ ਸੈਂਟਰ ਗੌਰਮੈਂਟ ਨੇ ਦਿੱਤਾ ਕਿ ਬਈ ਜਿਹੜੇ ਸੂਬੇ ਬਿਜਲੀ ਫ੍ਰੀ ਦਿੰਦੇ ਨੇ ਉਹ ਆਪਣੀ ਐਡਵਾਂਸ ਪੇਮੈਂਟ ਕਰਨ ਜੀ, ਜੇ ਐਡਵਾਂਸ ਪੇਮੈਂਟ ਨਹੀਂ ਕਰ ਸਕਦੇ ਤੇ ਫਿਰ ਬਿਜਲੀ ਨੂੰ ਕੱਟ ਦਿੱਤਾ ਜਾਏਗਾ ਜਾਂ ਉਹਨਾਂ ਦੇ ਫਿਰ ਬਿੱਲ ਭੇਜੇ ਜਾਣਗੇ। ਇਹ ਫੈਸਲਾ ਕੀਤਾ ਗਿਆ, ਮਤਲਬ ਟਾਈਮ ਆ ਗਿਆ ਕਿ ਹੁਣ ਮੁਫ਼ਤਖੋਰੀ ਤੇ ਲਗਾਮ ਲਗਾਉਣ ਵਾਲੇ ਪਾਸੇ ਵੀ ਚੱਲਿਆ ਚੱਲੇ। ਟਾਈਮ ਤਾਂ ਬੜੀ ਪਹਿਲਾਂ ਦਾ ਆ ਗਿਆ ਜੀ, ਜਿਸ ਵੇਲੇ ਭਾਰਤ ਦਾ ਹਰ ਸਿਟੀਜ਼ਨ, ਹੁਣ ਪਿੱਛੇ ਰਿਪੋਰਟ ਆਈ ਹੈ ਲੋਕ ਸਭਾ ਵਿੱਚ ਹੀ, ਆਪਣਾ ਫਾਈਨੈਂਸ ਮੰਤਰੀ ਜੀ ਨੇ ਪੇਸ਼ ਕੀਤੀ ਹੈ, ਉਹ ਦੱਸ ਰਹੇ ਨੇ ਕਿ ਭਾਰਤ ਦਾ ਜਿਹੜਾ ਬੱਚਾ ਹਲੇ ਮਾਂ ਦੇ ਗਰਭ ਵਿੱਚ ਹੈਗਾ ਉਹ ਗਰਭ ਵਿੱਚ ਹੀ 1,14,000 ਰੁਪਏ ਦਾ ਕਰਜ਼ਾ ਹੀ ਹੋ ਚੁੱਕਾ ਜੀ। ਔਰ ਇੰਨਾ ਵੱਡਾ ਕਰਜ਼ਾ ਆਪਣੇ ਸਿਰ ਤੇ ਲੈ ਲੈਣਾ, ਚੁੱਕ ਲੈਣਾ ਆਪਣੇ ਆਪ ਵਿੱਚ ਛੋਟੀ ਗੱਲ ਨਹੀਂ ਹੈ। ਬੀਤੇ ਦਿਨ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਨੇ ਜੀ, ਆਪਣੇ ਪੰਜਾਬੀ ਮੂਲ ਦੇ ਨੇ ਸਰਦਾਰ ਤਰਮਨਜੀਤ ਸਿੰਘ ਢੇਸੀ, ਉਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ ਸੀ। ਅਸੀਂ ਇਸ ਕਰਕੇ ਚਰਚਾ ਨਹੀਂ ਸੀ ਉਦੋਂ ਕੀਤੀ ਕਿ ਉਦੋਂ ਸਰਦਾਰ ਢੇਸੀ ਹੁਣਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਸੀ ਆਇਆ ਤੇ ਅਸੀਂ ਸੋਚਦੇ ਸੀ ਕਿ ਸ਼ਾਇਦ ਇਹ ਕੋਈ ਸਧਾਰਨ ਪ੍ਰਕਿਰਿਆ ਹੋਵੇ, ਪਰ ਜਦੋਂ ਢੇਸੀ ਸਾਹਿਬ ਨੇ ਕਿਹਾ ਕਿ ਮੈਂ ਜਿਹੜਾ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਗੱਲ ਕਰਦਾ, ਮੈਂ ਜਿਹਨੇ ਕਿਸਾਨਾਂ ਦੇ ਕਿਸਾਨ ਮੋਰਚੇ ਦੇ ਹੱਕ 'ਚ ਆਵਾਜ਼ ਉਠਾਈ ਸੀ, ਮੈਨੂੰ ਉਹਦਾ ਇਹ ਸਿਲਾ ਮਿਲਿਆ, ਕੁਛ ਇਸ ਤਰ੍ਹਾਂ ਦੇ ਲਫ਼ਜ਼ ਉਹਨਾਂ ਨੇ ਵਰਤੇ ਤੇ ਉਹਨਾਂ ਟਵੀਟ ਵੀ ਕੀਤਾ। ਤੁਹਾਨੂੰ ਕੀ ਲੱਗਦਾ ਜੀ ਕਿ ਇਹ ਜਿਹੜਾ ਉਹ OCI ਵੀਜ਼ਾ ਸਸਪੈਂਡ ਕੀਤਾ ਉਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ? ਮਨਸ਼ਾ ਬੜੀ ਸਪਸ਼ਟ ਆ ਜੀ, ਜਿਹੜਾ ਕਿਸਾਨ ਮੋਰਚੇ ਵਿੱਚ ਤਰਮਨਜੀਤ ਜੀ ਨੇ ਬੜਾ ਖੁੱਲ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ ਔਰ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਚੁੱਕੀ ਸੀ,
उस तो मोदी साहब नाराज ने, भारत सरकार नाराज है, भारत दी एजेंसियां नाराज ने। वो इन्हां नूं एक सबक सिखाण लई मतलब जिन्नी कु इन्हां दी बेइज्जती हो सकती सी उन्नी कोई एक सिख मैंबर पार्लियामेंट की बेइज्जती करन लई अमृतसर का एयरपोर्ट वरत्या गया। अमृतसर का ही एयरपोर्ट जानबूझ के वरत्या गया ताकि उहदे नाल सिख धर्म के भी बेदबी होए, आ जिहड़े सिख किसान मोर्चे च आए सी उन्हां दी भी बेदबी होए, उन्हां दा भी निरादर किया जाए। मैं इस नूं इसे नुकता निगाह तो देखदा एक देश लई अपने नागरिकां दे प्रति बहुत ही माड़ी गंदी अते फिरकू सोच है। अपने भारतीय जनता पार्टी के एक बड़े सीनियर लीडर ने जी, बड़े बजुर्ग लीडर ने, बहुत बजुर्ग ने, शांता कुमार जी, हिमाचल प्रदेश के सबका मुख्यमंत्री। उन्होंने हुण चुप्पी तोड़ी है जी, बड़े चिरां तो चुप सीगे, पर क्योंकि जदों तो मणिपुर दीआं घटनावां वापरियां तो मोदी साहब तो होर जिहड़े अमित शाह जी तो होर लीडर नहीं बोले, हुण उन्होंने चुप्पी तोड़ी है। अपना शांता कुमार जी ने कहिंदे पई जिन्हां जिन्हां ने इस तरह की बलात्कारियां की घटना दे विच शामिल हुंदे ने उन्हां नूं मौत की सज़ा देनी चाहीदी है। गल तो उन्होंने वड्डी कही है कि इहदा कोई ते कोई अमल कर सकदी केंद्र सरकार जिन्हां ने लोक सभा राज सभा दे विच चर्चा ही नहीं हाले तक होण दित्ती। बड़ी वड्डी गल कही गई है जी। बाकी भारत सरकार मूक दर्शक बन के और प्रधानमंत्री जी ऐस तो डिफाल्टर बन के तुरदे पए ने, भगोड़े हो चुके ने, ते अजिही अवस्था इच कोई इंसाफ सामने आएगा उस दी मैनू तां 0% उम्मीद भी नहीं हैगी। 0% भी तां कह रहा क्योंकि 0 इच भी अपनी कश्ती है, मैनू तां रत्ती पर भी कोई उम्मीद नहीं हैगी। हाँ, अंतरराष्ट्रीय पद्धर ते चीज़ां उजागर करन लई, लोकां नूं अवेयर करन लई है कवायद जारी रहनी चाहीदी है, बिना किसी आस लाए कि असीं भारत सरकार नूं डिगा लांगे या भारत सरकार इस संबंधी कोई वक्तव्य दे देगी, बयान दे देगी। मैं नहीं समझदा कि ऐसा होएगा क्योंकि भारत सरकार दा हठी रवैया साबित हो चुका है कि उन्हां नूं कोई फिक्र नहीं है एक दूजे दे, जिन्हें मर्जी कीड़े चिपकी जान लगी जान असीं खड़े हाँ ते खड़े। सतिंद्रपाल सिंह जी, अपना सियासत दे विच बहुत कुछ वेखी सुनी दा, कई बार बड़ी हैरानीजनक गल्लां हुंदियां, शायद ही किसी ने एक गल सुनी होवे कि उपराज्यपाल नूं भी जुर्माना होया, और ये गल सच्ची है जी। अंडेमान निकोबार जिहड़ा द्वीप समूह आ उत्थों दे लैफ्टिनेंट गवर्नर होणां नूं उत्थों दी हाई कोर्ट ने 5,00,000 जुर्माना किया। गल इत्थे नहीं मुकदी, उत्थों दे मुख सकत्तर नूं भी उन्हां मुअत्तल कर दिता। ਇਹਦੇ ਪਿੱਛੇ ਏਡੀ ਕੈਪੀਟਲ ਪਨਿਸ਼ਮੈਂਟ ਇੱਕ ਤਰ੍ਹਾਂ ਦੀ, ਕਿਉਂਕਿ ਹਸਤੀਆਂ ਵੱਡੀਆਂ ਨੇ, ਬੜਾ ਜ਼ਿੰਮੇਵਾਰੀ ਵਾਲੇ ਅਹੁਦੇ ਨੇ, ਇਹ ਹਾਈ ਕੋਰਟ ਨੂੰ ਇਸ ਤਰ੍ਹਾਂ ਕਿਉਂ ਕਰਨਾ ਪੈ ਗਿਆ ਜੀ? ਪਹਿਲੀ ਗੱਲ ਤਾਂ ਜਿਹੜਾ ਹਾਈ ਕੋਰਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਸ਼ਿਕੰਜਾ ਕੱਸਿਆ, ਮੈਂ ਉਹਦਾ ਸਵਾਗਤ ਕਰਦਾ। ਮਾਮਲਾ ਦਰਅਸਲ ਸਾਰਾ ਹੈਗਾ ਕਿ ਉੱਥੇ ਜਿਹੜਾ ਐਡਹਾਕ ਪੱਧਰ 'ਤੇ ਰੋਜ਼ਾਨਾ ਮਜ਼ਦੂਰਾਂ ਤੋਂ ਕੰਮ ਲਿਆ ਗਿਆ, ਦਿਹਾੜੀਦਾਰਾਂ ਤੋਂ ਕੰਮ ਲਿਆ ਗਿਆ, ਉਹ ਦਿਹਾੜੀਦਾਰਾਂ ਨੂੰ ਵੱਧ ਉਜਰਤ ਪੇ ਕਰਨ ਦਾ ਮਾਮਲਾ ਹੈ ਸਾਰਾ, ਕਿ ਵੀ ਕਾਨੂੰਨ ਤੋਂ ਉਹਨਾਂ ਨੂੰ ਉੱਪਰ ਉੱਠ ਕੇ ਜ਼ਿਆਦਾ ਉਜਰਤ ਪੇਸ਼ ਕੀਤੀ ਗਈ। ਹੁਣ ਉਸ ਮਾਮਲੇ 'ਚ ਹਾਈ ਕੋਰਟ 'ਚ ਲੱਗਦਾ ਹੈ ਲੋਕ ਆਪਣਾ ਕੇਸ ਪੁੱਟ ਨਹੀਂ ਕਰ ਸਕੇ ਜੱਜ ਨਾਲ, ਅਤੇ ਜੇ ਕੇਸ ਪੁੱਟ ਕੀਤਾ ਹੁੰਦਾ ਜੱਜ ਨਾਲ ਹਾਈ ਕੋਰਟ ਨੂੰ ਸੈਟਿਸਫਾਈ ਕਰਾਇਆ ਹੁੰਦਾ ਕਿ ਵੀ ਵੱਧ ਉਜਰਤ ਦੇਣਾ ਇਸ ਦਵੀਪ ਸਮੂਹ 'ਤੇ ਇੰਨਾ ਇੰਨਾ ਪੱਖਾਂ ਕਰਕੇ ਜ਼ਰੂਰੀ ਸੀ, ਅਤੇ ਮੈਨੂੰ ਲੱਗਦਾ ਹਾਈ ਕੋਰਟ ਦੀ ਆਗਾਜ਼ ਇਹਨਾਂ 'ਤੇ ਨਾ ਡਿੱਗਦੀ। ਅਤੇ ਹੁਣ ਜਦੋਂ ਡਿੱਗ ਗਈ ਹੈ, ਰਿਸ਼ਤੇ ਵਿਗਾੜ ਲਏ ਨੇ, ਇਹਨਾਂ ਨੂੰ ਵਿਚਲਾ ਰਾਹ ਵੀ ਹੁਣ ਆਪ ਹੀ ਤੈਅ ਕਰਨਾ ਜੀ। ਸਤਿੰਦਰਪਾਲ ਸਿੰਘ ਜੀ, ਸਵਾਲ ਇਹ ਵੀ ਅਗਲਾ ਵੀ ਬੜਾ ਦਿਲਚਸਪ ਹੈ ਜੀ, ਇਹ ਗੁਜਰਾਤ ਨਾਲ ਸੰਬੰਧਿਤ ਹੈ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਹੋਮ ਸਟੇਟ ਦੇ ਨਾਲ। ਉੱਥੋਂ ਦੇ ਮੁੱਖ ਮੰਤਰੀ ਹੁਣਾਂ ਨੇ ਇੱਕ ਫੰਕਸ਼ਨ ਦੇ ਵਿੱਚ ਗੱਲ ਕੀ ਕਹਿ ਦਿੱਤੀ ਕਿ ਅਸੀਂ ਜਿਹੜੇ ਲਵ ਮੈਰਿਜਸ ਹੁੰਦੀਆਂ ਨੇ ਉਹਨਾਂ ਦੇ ਲਈ, ਉਹਨਾਂ ਦੇ ਜਿਹੜੇ ਲੜਕਾ ਲੜਕੀ ਨੇ ਉਹਨਾਂ ਦੇ ਪੇਰੈਂਟਸ ਦੀ ਸਹਿਮਤੀ ਨੂੰ ਜ਼ਰੂਰੀ ਬਣਾਉਣ ਲਈ ਸੰਵਿਧਾਨ ਦੇ ਦਾਇਰੇ ਦੇ ਵਿੱਚ ਯਤਨ ਕਰਨ ਜਾ ਰਹੇ ਹਾਂ।
ਇਹਦੇ ਤੇ ਬੜੀ ਚਰਚਾ ਛਿੜ ਗਈ। ਉਹ ਕਹਿੰਦੇ ਜੀ ਕੁਝ ਲੋਕ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਜੀ ਭਾਜਪਾ ਵਾਲੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਲੈਕਸ਼ਨਾਂ ਨੇੜੇ ਨੇ, ਕੁਝ ਲੋਕ ਇਹਦੀ ਹਮਾਇਤ ਦੇ ਵਿੱਚ ਆ ਗਏ ਕਿ ਇਸ ਤਰ੍ਹਾਂ ਦੀ ਸਹਿਮਤੀ ਮਾਪਿਆਂ ਦੀ ਹੋਣੀ ਚਾਹੀਦੀ ਹੈ। ਤੁਸੀਂ ਇਸ ਤੇ ਆਪਣੇ ਵਿਚਾਰ ਦੱਸੋ ਸਾਡੇ ਸਿਰ ਦਰਸ਼ਕਾਂ ਦੇ ਲਈ ਕਿ ਤੁਹਾਡੇ ਕੀ ਵਿਚਾਰ ਨੇ, ਕਿਵੇਂ ਹੋਣਾ ਚਾਹੀਦਾ। ਸਰਦਾਰ ਪ੍ਰਦੀਪ ਸਿੰਘ ਜੀ, ਮੁੱਦਾ ਬੜਾ ਸਮਾਜਿਕ, ਗੰਭੀਰ ਅਤੇ ਨਾਜ਼ੁਕ ਰਿਸ਼ਤਿਆਂ ਨਾਲ ਸੰਬੰਧਿਤ ਹੈ। ਅਗਰ ਸਾਡਾ ਸੰਵਿਧਾਨ ਲਵ ਇਨ ਰਿਲੇਸ਼ਨਸ਼ਿਪ ਦੀ ਪਰਮਿਸ਼ਨ ਦਿੰਦਾ, ਲਿਵ ਇਨ ਰਿਲੇਸ਼ਨਸ਼ਿਪ ਵੀ ਤੇ ਲਵ ਇਨ, ਲਵ ਆਈ ਪਿਆਰ ਮੁਹੱਬਤ ਦੀ ਰਿਲੇਸ਼ਨਸ਼ਿਪ ਹੀ ਹੋ ਗਈ ਤੇ ਲਿਵ ਇਨ ਰਿਲੇਸ਼ਨਸ਼ਿਪ ਤੇ ਇਸ ਤੋਂ ਵੀ ਉੱਪਰ ਚਲੀ ਗਈ। ਠੀਕ ਹੈ ਨਾ ਜੀ। ਲਵ ਰਿਲੇਸ਼ਨਸ਼ਿਪ ਵਿੱਚ ਮੁੰਡਾ ਕੁੜੀ ਹਲੇ ਆਪੋ ਆਪਣੇ ਘਰਾਂ ਵਿੱਚ ਹੀ ਨੇ, ਲਿਵ ਇਨ ਰਿਲੇਸ਼ਨਸ਼ਿਪ ਵਿੱਚ ਤਾਂ ਉਹ ਇੱਕ ਦੂਜੇ ਦੇ ਘਰ ਤਿਆਗ ਕੇ ਆਪਸ ਵਿੱਚ ਇਕੱਠਾ ਬਿਨਾਂ ਸ਼ਾਦੀ ਤੋਂ ਬਿਨਾਂ ਕਿਸੇ ਸਮਾਜਿਕ ਬੰਧਨ ਤੋਂ ਉਹ ਇਕੱਠਾ ਰਹਿਣਾ ਸ਼ੁਰੂ ਕਰ ਚੁੱਕੇ ਨੇ ਤੇ ਸਰੀਰਕ ਰਿਲੇਸ਼ਨ ਬਣਾਉਣਾ ਵੀ ਸ਼ੁਰੂ ਕਰ ਚੁੱਕੇ ਨੇ ਤੇ ਇਸ ਨੂੰ ਵੀ ਸੰਵਿਧਾਨ ਮਾਨਤਾ ਦੇ ਚੁੱਕਾ। ਤੇ ਪੰਜਾਬ ਵਿੱਚ ਤਾਂ ਪਿਆਰ ਮੁਹੱਬਤ ਵਿੱਚ ਜਿਹੜੇ ਮੁੰਡੇ ਕੁੜੀਆਂ ਘਰੋਂ ਭੱਜ ਕੇ ਵਿਆਹ ਕਰਾਉਂਦੇ ਸੀ ਔਰ ਜਿਹੜੇ ਦੂਜੀਆਂ ਜਾਤੀਆਂ ਵਿੱਚ ਵਿਆਹ ਕਰਾਉਂਦੇ ਸੀ, ਇਹਨਾਂ ਦੋਨਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੌਸਲਾ ਅਫਜਾਈ ਕੀਤੀ, ਨਗਦ ਇਨਾਮ ਵੀ ਰੱਖੇ ਤੇ ਭੱਜ ਕੇ ਵਿਆਹ ਕਰਾਉਣਾ ਜਾਂ ਕੋਰਟ ਮੈਰਿਜ ਕਰਾਉਣਾ ਤੇ ਉਹਦੇ ਵਿੱਚ ਜੇ ਮਾਪਿਆਂ ਤੋਂ ਡਰ ਹੈਗਾ ਤੇ ਬਾਦਲ ਸਰਕਾਰ ਉਹਨਾਂ ਨੂੰ PWD ਸਰਕਾਰੀ ਗੈਸਟ ਹਾਊਸ ਵਿੱਚ ਸਰਕਾਰੀ ਤੌਰ ਤੇ ਜੋੜੀ ਨੂੰ ਰੱਖਦੀ ਸੀ, 6 ਮਹੀਨੇ ਰਾਸ਼ਨ ਪਾਣੀ ਵੀ ਦਿੰਦੀ ਸੀ, ਸੁਰੱਖਿਆ ਵੀ ਦਿੰਦੀ ਸੀ ਤੇ ਇਹ ਚੀਜ਼ਾਂ ਤਾਂ ਆਲਰੇਡੀ ਸਰਕਾਰਾਂ ਕਰ ਚੁੱਕੀਆਂ ਨੇ। ਹੁਣ ਜਿਸ ਵੇਲੇ ਤੁਸੀਂ ਇਸ ਪੱਧਰ ਤੇ ਆ ਚੁੱਕੇ ਹੋ ਉਸਦੇ ਨਤੀਜੇ ਤੁਹਾਡੇ ਪੰਜਾਬ ਵਿੱਚ, ਮੈਂ ਗੁਜਰਾਤ ਦੀ ਗੱਲ ਨਹੀਂ ਕਰਾਂਗਾ, ਮੈਂ ਪੰਜਾਬ ਦੀ ਹੀ ਗੱਲ ਕਰਾਂਗਾ, ਪੰਜਾਬ ਵਿੱਚ ਉਹਦੇ ਨਤੀਜੇ ਤੁਹਾਡੇ ਆ ਅੱਪੜ ਚੁੱਕੇ ਨੇ ਕਿ ਰੋਜ਼ਾਨਾ 22 ਤੋਂ 23 ਧੀਆਂ ਭੈਣਾਂ ਘਰੋਂ ਭੱਜ ਜਾਂਦੀਆਂ ਨੇ ਜਿਹਨਾਂ ਦਾ ਤੁਹਾਨੂੰ ਖੁਰਾ ਖੋਜ ਵੀ ਨਹੀਂ ਮਿਲਦਾ ਤੇ ਉਹਦੇ ਮੁੱਢ ਦੇ ਬੀਜ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦਾ ਬੀਜਿਆ ਹੋਇਆ ਜ਼ਹਿਰ ਹੈਗਾ। ਹੁਣ ਆ ਜਾਓ, ਇਹ ਤਾਂ ਇੱਕ ਪੱਖ ਹੈਗਾ, ਕਾਨੂੰਨੀ ਪੱਖ ਹੈ ਜਿਸ ਤੇ ਕੋਈ ਕੁਛ ਨਹੀਂ ਹੁਣ ਕਰ ਸਕਦਾ। ਹੁਣ ਬਦਲੋਗੇ ਤਾਂ ਵੀ ਬਦਨਾਮੀ ਹੈ ਤੇ ਮੈਨੂੰ ਲੱਗਦਾ ਬਦਲ ਵੀ ਨਹੀਂ ਸਕਦੇ ਜਿੱਥੋਂ ਤੱਕ ਮੈਂ ਸਮਝਦਾ। ਹਾਂ, ਪਾਰਲੀਮੈਂਟ ਜੋ ਮਰਜ਼ੀ ਕਰ ਸਕਦੀ ਹੈ, ਉਂਝ ਕਰਨਾ ਬੜਾ ਔਖਾ। ਜਿੱਥੋਂ ਤੱਕ ਸਮਾਜਿਕ ਗੱਲ ਹੈ ਕਿ ਮੁੰਡੇ ਨੂੰ ਵੀ ਤੇ ਕੁੜੀ ਨੂੰ ਵੀ, ਜਿਸ ਵੇਲੇ ਸਾਡਾ ਸੰਵਿਧਾਨ ਸਾਡਾ ਸਮਾਜ ਬਾਲਗ ਹੋ ਕੇ ਸਵੈ ਨਿਰਣਾ ਕਰਨ ਦਾ ਅਧਿਕਾਰ ਦਿੰਦਾ ਤੇ ਫਿਰ ਆਪਣੇ ਅੱਛੇ ਔਰ ਬੁਰੇ ਦਾ ਫੈਸਲਾ ਕਰ ਸਕਦੇ ਨੇ ਮੰਨਿਆ ਜਾਂਦਾ, ਤੇ ਅਗਰ ਉਹ ਕਰਕੇ ਵਿਆਹ ਕਰ ਲੈਂਦੇ ਨੇ ਤੇ ਇਸ ਵਿੱਚ ਕੋਈ ਮੈਂ ਬੁਰਾਈ ਨਹੀਂ ਸਮਝਦਾ। ਬੁਰਾਈ ਇਸ ਗੱਲ ਹੀ ਸਮਝਦਾ ਕਿ ਜਿਹੜੇ ਮਾਪਿਆਂ ਨੇ ਉਹਨਾਂ ਨੂੰ ਇਸ ਲਾਇਕ ਬਣਾਇਆ, ਇੰਨੀ ਸੁਤੰਤਰਤਾ ਦਿੱਤੀ, ਉਹਨਾਂ ਨੂੰ ਇੰਨਾ ਸਾਧਨ ਸੰਪੰਨ ਵੀ ਕੀਤਾ ਔਰ ਇਸ ਲਾਇਕ ਕੀਤਾ ਕਿ ਉਹ ਖੁਦ ਨਿਰਣਾ ਕਰਕੇ ਚਾਹੇ ਆਪਣਾ ਵਿਆਹ ਕਰਾ ਲੈਣ, ਅਗਲੀ ਜ਼ਿੰਦਗੀ ਆਪਣੇ ਹਿਸਾਬਾਂ ਨਾਲ ਜੀ ਲੈਣ। ਉਹ ਮੁੰਡਾ ਕੁੜੀ ਮਾਂ ਪਿਓ ਵੱਲੋਂ ਮਿਲੀ ਇਸ ਇੰਨੀ ਵੱਡੀ ਖੁੱਲ੍ਹ ਔਰ ਉਹਨਾਂ ਦੀ ਖੁੱਲ੍ਹ ਦਿਲੀ ਦਾ ਮਜ਼ਾਕ ਉਡਾ ਕੇ ਭੱਜ ਕੇ ਵਿਆਹ ਕਰਾਉਣ, ਇਹ ਵੀ ਇੱਕ ਸਮਾਜਿਕ ਤੌਰ ਤੇ ਸ਼ਰਮਨਾਕ ਗੱਲ ਹੈ। ਮਤਲਬ ਫਿਰ ਮੁੰਡੇ ਕੁੜੀ 'ਚ ਬਾਲਗ ਹੋਣ ਦੇ ਬਾਵਜੂਦ ਇੰਨੀ ਸੂਝ ਹੈ ਹੀ ਨਹੀਂ ਕਿ ਉਹ ਆਪਣੇ ਮਾਂ ਪਿਓ ਨੂੰ ਇਸ ਲਈ ਰਜ਼ਾਮੰਦ ਕਰ ਸਕਣ। ਮੈਂ ਇੱਥੇ ਸਮਾਜ ਦਾ ਦੋਸ਼ ਵੀ ਮੰਨਦਾ, ਮੈਂ ਮਾਂ ਪਿਓ ਦਾ ਵੀ ਇਹ ਦੋਸ਼ ਮੰਨਦਾ ਕਿ ਅਗਰ ਤੁਹਾਡੇ ਬੱਚਿਆਂ ਨੇ ਆਪਣੇ ਕੋਈ ਲਈ ਕੋਈ ਰਿਸ਼ਤੇ ਲੱਭ ਲਏ ਨੇ ਤੇ ਤੁਹਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜੋ ਦੱਸ ਰਹੇ ਨੇ, ਤੇ ਤੁਹਾਨੂੰ ਦੱਸ ਕੇ ਧੀ ਪੁੱਤ ਨੂੰ ਸਮਝਾ ਦੇਣਾ ਚਾਹੀਦਾ ਬਈ ਅਗਲੀ ਤੁਹਾਡੀ ਇਹ ਹੋਏਗੀ ਲਾਈਫ, ਉਹਦੇ 'ਚ ਫਿਰ ਸਾਨੂੰ ਗਿਲਾ ਸ਼ਿਕਵਾ ਨਾ ਕਰਿਆ ਜੇ, ਤੁਹਾਡੇ ਅਸੀਂ ਵਿਆਹ ਸ਼ਾਦੀ ਸ਼ਾਮਿਲ ਵੀ ਹੋਵਾਂਗੇ ਪਰ ਤੁਹਾਨੂੰ ਆਗਾਹ ਕਰ ਦੇਣਾ ਚਾਹੁੰਦੇ ਹਾਂ ਕਿ ਬਈ ਇਹਦੇ ਬੁਰੇ ਨਤੀਜੇ ਨਿਕਲਣਗੇ। ਮੁੰਡੇ ਕੁੜੀ ਨੂੰ ਸਾਂਝੇ ਤੌਰ 'ਤੇ ਬੈਠ ਕੇ ਸਮਝਾਇਆ ਜਾਏ ਦੋਨਾਂ ਹੀ ਮਾਪਿਆਂ ਵੱਲੋਂ, ਪਰ ਮਾਪਿਆਂ ਦੀ ਇਨਵੋਲਵਮੈਂਟ ਸਮਾਜਿਕ ਤੌਰ 'ਤੇ ਮੁੰਡੇ ਕੁੜੀ ਨੂੰ ਆਪ ਲੈਣੀ ਚਾਹੀਦੀ ਹੈ, ਇਹਦੇ ਲਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ। ਤੇ ਮੇਰੇ ਖਿਆਲ ਵਿੱਚ ਅਜਿਹਾ ਕਾਨੂੰਨ
कोई कारगर कानून हो भी नहीं सकता क्योंकि साडा भारत का संविधान बहुत सारे हिसाब विच ऐयो जे काम करन वास्ते बड़ी वड्डी खुल दिंदा ते उस वास्ते संविधान विच फिर एक अद परिवर्तन नहीं होएगा मेरे ख्याल विच घट तो घट डेढ़ तो दो दर्जन परिवर्तन करने पैणगे जो ठीक नहीं रहणगे। जी बिल्कुल सरदार साहब, क्योंकि इन्हां लव मैरिजिज दे नतीजे जे शब्दां दे विच नहीं वेखे जा सकदे तां फैमिली कोर्ट्स दे विच जा के देख लैणे चाहीदे ने उत्थे किवें दाज रुलदा पिया जिहड़ा कि उत्थों पुलिस चुक लिआउंदी आ मुंडे वाले दे घरों ओह फैमिली कोर्ट दे कंपलैक्सिस दे विच पेटियां टुटियां उत्थे पईआं छोटे छोटे बच्चिआं दे खिडौणे पए ने लोहे दीआं अलमारियां पईआं बहुत कुछ उत्थे रोल और इह सारा लव मैरिजिज दी त्रासदी और माँ बाप नूं अखों परोखिआं करके चुके गए कदमां दा शायद ओह नतीजा बाकी मैरिज सफल क्यों नहीं हो रही एक अड साइकोलॉजिकल सब्जेक्ट हैगा ते इस ते एक अड साडे समाज नूं चिंतन करना चाहिए। ਆਪਾਂ ਜਦੋਂ ਇਸ ਵੇਲੇ ਲਵ ਮੈਰਿਜ ਦੀ ਗੱਲ ਕਰਾਂਗੇ ਤੇ ਲਵ ਮੈਰਿਜ ਕਿਉਂ ਕੀਤੀ ਜਾ ਰਹੀ ਹੈ ਇਸ ਲਈ ਕੀਤੀ ਜਾ ਰਹੀ ਹੈ ਕਿ ਮੁੰਡੇ ਕੁੜੀ ਦੇ ਸਾਹਮਣੇ ਐਗਜ਼ਾਮਪਲ ਹੈਗਾ ਵੀ ਤੁਹਾਡੀ ਅਰੇਂਜ ਮੈਰਿਜ ਵੀ ਤੇ ਦੇਖ ਲਓ ਕਿਹੜੀ ਸਫਲ ਹੋਈ ਤਾਂ 50-50% ਚੱਲ ਰਿਹਾ ਮਾਮਲਾ ਇਸ ਲਈ ਇਸ ਵਿੱਚ ਇਹਨਾਂ ਚੀਜ਼ਾਂ ਨੂੰ ਲਿਆਉਣ ਦੀ ਬਜਾਏ ਮਾਪਿਆਂ ਦੀ ਅਤੇ ਬੱਚਿਆਂ ਦੀ ਪਰਵਰਿਸ਼ ਤੇ ਸੋਚ ਨੂੰ ਲਿਆਉਣਾ ਚਾਹੀਦਾ ਕਿ ਰਿਸ਼ਤੇ ਬਣੇ ਵੀ ਰਹਿਣ ਵਿਚਾਰ ਵੀ ਹੋਏ ਤੇ ਇੱਕ ਦੂਜੇ ਦਾ ਸਹਾਈ ਵੀ ਹੋਈਏ ਮੁੱਦੇ ਆ ਬੰਦ ਹੋਣੇ ਚਾਹੀਦੇ ਨੇ ਸਮਾਜ ਤਾਂ ਖੜਾ ਹੁੰਦਾ ਨਹੀਂ ਤੇ ਸਮਾਜ ਟੁੱਟਦਾ। ਜੀ ਬਹੁਤ ਬਹੁਤ ਸ਼ੁਕਰੀਆ ਸਰਦਾਰ ਸਾਹਿਬ, ਤੁਸੀਂ ਸਮਾਂ ਦਿੱਤਾ, ਭਲ ਕੇ ਫਿਰ ਤੁਹਾਡੇ ਦਰਸ਼ਨ ਕਰਾਂਗੇ। ਆਓ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।